2019 ਦਾ ਆਖਰੀ ਸੂਰਜ ਗ੍ਰਹਿਣ ਇਸ ਵਾਰ ਖਾਸ ਕਿਉਂ ਹੈ? ਭਾਰਤੀ ਸਮੇਂ ਮੁਤਾਬਕ ਵੀਰਵਾਰ 26 ਦਸੰਬਰ ਨੂੰ ਇਹ ਗ੍ਰਹਿਣ ਸਵੇਰੇ 8:17 ਤੋਂ ਸ਼ੁਰੂ ਹੋ ਕੇ 10:57 ਤੱਕ ਦੇਖਿਆ ਗਿਆ। ਪਲੈਨੇਟਰੀ ਸੁਸਾਇਟੀ ਆਫ ਇੰਡੀਆ ਦੇ ਡਾਇਰੈਕਟਰ ਰਘੁਨੰਦਨ ਮੁਤਾਬਕ ਅਗਲੇ ਦਹਾਕੇ ਵਿੱਚ ਆਉਣ ਵਾਲੇ 4 ਤੋਂ ਲੈ ਕੇ 5 ਸੂਰਜ ਗ੍ਰਹਿਣ ਦੇ ਮੁਕਾਬਲੇ ਇਹ ਸੂਰਜ ਗ੍ਰਹਿਣ ਸਭ ਤੋਂ ਵੱਧ ਦਿਖਾਈ ਦੇਵੇਗਾ। ਇਸ ਦੇ ਆਧਾਰ ਤੇ ਹੀ ਇਸ ਨੂੰ ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ ਕਿਹਾ ਜਾ ਰਿਹਾ ਹੈ। ਤਾਂ ਫਿਰ ਇਸ ਸੂਰਜ ਗ੍ਰਹਿਣ 'ਚ ਖਾਸ ਕੀ ਹੈ? ਵੈਸੇ ਤਾਂ ਹਰ ਸਾਲ ਸੂਰਜ ਅਤੇ ਚੰਦਰ ਗ੍ਰਹਿਣ ਹੁੰਦੇ ਰਹਿੰਦੇ ਨੇ ਤੇ ਲੋਕ ਧਰਤੀ ਦੇ ਵੱਖ ਵੱਖ ਹਿੱਸਿਆਂ 'ਚ ਇਹਨਾਂ ਨੂੰ ਦੇਖਦੇ ਵੀ ਰਹਿੰਦੇ ਨੇ, ਪਰ ਇਹ ਸੂਰਜ ਗ੍ਰਹਿਣ ਧਰਤੀ ਦੇ ਇੱਕ ਵਿਸ਼ਾਲ ਖੇਤਰ ਵਿੱਚ ਦੇਖਿਆ ਜਾ ਸਕਦਾ ਹੈ। ਰਘੁਨੰਦਨ ਮੁਤਾਬਕ ਇਸ ਖਗੋਲਿਕ ਘਟਨਾ ਦਾ ਪ੍ਰਭਾਵ ਭਾਰਤ ਸਣੇ ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਭੂਟਾਨ, ਚੀਨ, ਆਸਟ੍ਰੇਲੀਆ ਅਤੇ ਹੋਰਨਾਂ ਮੁਲਕਾਂ ਵਿੱਚ ਦਿਖਾਈ ਦੇਵੇਗਾ। ਇਹ 2019 ਦਾ ਆਖਰੀ ਅਤੇ ਤੀਜਾ ਸੂਰਜ ਗ੍ਰਹਿਣ ਹੈ। ਸਾਲ ਦਾ ਪਹਿਲਾ ਸੂਰਜ ਗ੍ਰਹਿਣ 6 ਜਨਵਰੀ ਨੂੰ ਅਤੇ ਦੂਜਾ 2 ਜੁਲਾਈ ਨੂੰ ਹੋਇਆ ਸੀ। ਇਹ ਦੋਵੇਂ ਅੰਸ਼ਕ ਸੂਰਜ ਗ੍ਰਹਿਣ ਸਨ ਜੋ ਕਿ ਭਾਰਤ ਵਿੱਚ ਦਿਖਾਈ ਨਹੀਂ ਦਿੱਤੇ। ਇਸ ਵਾਰ ਦਾ ਸੂਰਜ ਗ੍ਰਹਿਣ ਸਭ ਤੋਂ ਸਾਫ਼ ਕਿੱਥੇ ਨਜ਼ਰ ਆਵੇਗਾ? PIB ਮੁਤਾਬਕ ਇਹ ਸੂਰਜ ਗ੍ਰਹਿਣ ਦੱਖਣੀ ਭਾਰਤ ਵਿੱਚ ਬਾਕੀ ਦੇਸ਼ ਨਾਲੋਂ ਵਧੇਰੇ ਸਪਸ਼ਟ ਰੂਪ ਵਿੱਚ ਦੇਖਿਆ ਗਿਆ। ਇਹ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਇਸ ਸਮੇਂ ਦੌਰਾਨ ਸੂਰਜ ਰਿੰਗ ਆਫ ਫਾਇਰ ਵਰਗਾ ਦਿਖਾਈ ਦਿੱਤਾ। PIB ਮੁਤਾਬਕ ਅਗਲਾ ਸੂਰਜ ਗ੍ਰਹਿਣ ਅਗਲੇ ਸਾਲ 21 ਜੂਨ 2020 ਨੂੰ ਹੋਣਾ। ਗ੍ਰਹਿ ਨੂੰ ਲੈ ਕੇ ਅੱਜ ਵੀ ਡਰਾਉਣ ਵਾਲੇ ਵਿਸ਼ਵਾਸ ਕਾਇਮ ਨੇ। ਦੁਨੀਆ 'ਚ ਅਜਿਹੇ ਲੋਕ ਵੀ ਨੇ ਜਿਨ੍ਹਾਂ ਲਈ ਗ੍ਰਹਿਣ ਕਿਸੇ ਖਤਰੇ ਦਾ ਪ੍ਰਤੀਕ ਹੈ, ਜਿਵੇਂ ਕਿ ਸੰਸਾਰ ਦਾ ਖਾਤਮਾ ਜਾਂ ਭਿਆਨਕ ਉਥਲ ਪੁਥਲ ਦੀ ਚੇਤਾਵਨੀ। ਹਿੰਦੂ ਮਿਥ ਵਿੱਚ ਇਸ ਨੂੰ ਅੰਮ੍ਰਿਤ ਮੰਥਨ ਅਤੇ ਰਾਹੂ ਕੇਤੀ ਨਾਮੀ ਦੈਂਤਾਂ ਦੀ ਕਹਾਣੀ ਦੇ ਨਾਲ ਜੋੜਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਜੁੜੇ ਕਈ ਅੰਧ ਵਿਸ਼ਵਾਸ ਵੀ ਪ੍ਰਚਲਿਤ ਨੇ। ਗ੍ਰਹਿਣ ਨੇ ਹਮੇਸ਼ਾ ਮਨੁੱਖ ਨੂੰ ਹੈਰਾਨ ਕੀਤਾ ਹੈ ਤੇ ਡਰਾਇਆ ਵੀ ਹੈ। ਦਰਅਸਲ ਜਦੋਂ ਤੱਕ ਮਨੁੱਖ ਗ੍ਰਹਿਣ ਦੇ ਕਾਰਨਾਂ ਨੂੰ ਸਹੀ ਤਰ੍ਹਾਂ ਨਹੀਂ ਜਾਣਦਾ ਸੀ, ਉਸਨੇ ਬਹੁਤ ਸਾਰੀਆਂ ਕਲਪਨਾਵਾਂ ਕਰ ਲਈਆਂ। ਇਸ ਹਨੇਰੇ ਬਾਰੇ ਅਨੇਕਾਂ ਕਹਾਣੀਆਂ ਰਚੀਆਂ ਗਈਆਂ। ਤਾਂ ਸਵਾਲ ਇਹ ਹੈ ਕਿ ਸੂਰਜ ਗ੍ਰਹਿਣ ਤੋਂ ਲੋਕ ਡਰੇ ਕਿਉਂ ਨੇ? ਦਰਅਸਲ ਚਾਨਣ ਅਤੇ ਜੀਵਨ ਦੇ ਸਰੋਤ ਸੂਰਜ ਦਾ ਲੁਕਣਾ ਲੋਕਾਂ ਨੂੰ ਡਰਾਉਂਦਾ ਸੀ। ਇਸੇ ਲਈ ਇਸ ਨਾਲ ਜੁੜੀਆਂ ਵੱਖ ਵੱਖ ਕਹਾਣੀਆਂ ਪ੍ਰਸਿੱਧ ਹੋ ਗਈਆਂ। ਸਭ ਤੋਂ ਪ੍ਰਚਲਿਤ ਕਹਾਣੀ ਸੂਰਜ ਨੂੰ ਖਾਣ ਵਾਲੇ ਰਾਕਸ਼ ਦੀ ਹੈ। ਇੱਕ ਪਾਸੇ ਪੱਛਮੀ ਏਸ਼ੀਆ ਵਿੱਚ ਵਿਸ਼ਵਾਸ ਸੀ ਕਿ ਗ੍ਰਹਿਣ ਸਮੇਂ ਅਜਗਰ ਸੂਰਜ ਨੂੰ ਨਿਗਲਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਲਈ ਅਜਗਰ ਨੂੰ ਭਜਾਉਣ ਦੇ ਲਈ ਢੋਲ ਤੇ ਨਗਾੜੇ ਵਜਾਏ ਜਾਂਦੇ ਸੀ। ਚੀਨ ਵਿੱਚ ਵਿਸ਼ਵਾਸ ਹੈ ਕਿ ਸੂਰਜ ਨੂੰ ਨਿਗਲਣ ਦੀ ਕੋਸ਼ਿਸ਼ ਕਰਨ ਵਾਲਾ ਅਸਲ ਵਿੱਚ ਸਵਰਗ ਦਾ ਇੱਕ ਕੁੱਤਾ ਹੈ। ਪੇਰੂ ਵਾਸੀਆਂ ਮੁਤਾਬਕ ਇਹ ਇੱਕ ਵਿਸ਼ਾਲ ਪਾਉਮਾ ਸੀ। ਦੂਜੇ ਪਾਸੇ ਵਾਈਕਿੰਗ ਦਾ ਮੰਨਣਾ ਸੀ ਕਿ ਗ੍ਰਹਿਣ ਦੇ ਸਮੇਂ ਅਸਮਾਨੀ ਬਘਿਆੜਾਂ ਦਾ ਇੱਕ ਜੋੜਾ ਸੂਰਜ ਉੱਤੇ ਹਮਲਾ ਕਰਦਾ ਹੈ। ਸਮਾਜ ਵਿੱਚ ਹੈਰਾਨ ਕਰਨ ਵਾਲੇ ਵਿਸ਼ਵਾਸ ਵੀ ਪਨਪੇ। ਪੱਛਮੀ ਕੇਪ ਯੂਨੀਵਰਸਿਟੀ ਦੇ ਖਗੋਲ ਵਿਗਿਆਨੀ ਤੇ ਪ੍ਰੋਫੈਸਰ ਜਰੀਟਾ ਹਲਬਰੁਕ ਮੁਤਾਬਕ ਗ੍ਰਹਿਣ ਬਾਰੇ ਵੱਖ ਵੱਖ ਸਭਿਅਤਾਵਾਂ ਦਾ ਰਵੱਈਆ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉੱਥੇ ਕੁਦਰਤ ਕਿੰਨੀ ਦਿਆਲੂ ਹੈ ਜਾਂ ਫਿਰ ਨਹੀਂ। ਉਹਨਾਂ ਦੱਸਿਆ ਕਿ ਜਿੱਥੇ ਜ਼ਿੰਦਗੀ ਮੁਸ਼ਕਲ ਹੈ ਉੱਥੇ ਦੇਵੀ ਦੇਵਤਿਆਂ ਨੂੰ ਵੀ ਬੇਰਹਿਮ ਮੰਨਿਆ ਗਿਆ ਅਤੇ ਡਰਾਉਣੀ ਕਲਪਨਾ ਕੀਤੀ ਗਈ। ਇਸ ਲਈ ਉੱਥੇ ਗ੍ਰਹਿਣ ਨਾਲ ਸੰਬੰਧਿਤ ਕਹਾਣੀਆਂ ਵੀ ਡਰਾਉਣੀਆਂ ਸਨ। ਜਿੱਥੇ ਜ਼ਿੰਦਗੀ ਸੌਖੀ, ਬਹੁਤ ਸਾਰਾ ਖਾਣਾ ਪੀਣਾ ਹੈ, ਉੱਥੇ ਪਰਮਾਤਮਾ ਜਾਂ ਫਿਰ ਸ਼ਕਤੀਆਂ ਨਾਲ ਬਹੁਤ ਪਿਆਰ ਦਾ ਰਿਸ਼ਤਾ ਮੰਨਿਆ ਜਾਂਦਾ ਰਿਹਾ ਅਤੇ ਉਹਨਾਂ ਦੀਆਂ ਮਿਥਿਹਾਸਿਕ ਚੀਜ਼ਾਂ ਵੀ ਇਸ ਤਰ੍ਹਾਂ ਦੀਆਂ ਸਨ। ਮਧਯੁਗੀ ਯੂਰਪ ਦੇ ਵਿੱਚ ਜਨਤਾ ਪਲੇਗ ਅਤੇ ਯੁੱਧਾਂ ਦੇ ਨਾਲ ਗ੍ਰਸਤ ਰਹਿੰਦੀ ਸੀ। ਇਸ ਲਈ ਸੂਰਜ ਗ੍ਰਹਿਣ ਜਾਂ ਫਿਰ ਚੰਦਰ ਗ੍ਰਹਿਣ ਉਹਨਾਂ ਨੂੰ ਬਾਈਬਲ ਵਿੱਚ ਤਬਾਹੀ ਦੇ ਵਰਣਨ ਦੀ ਯਾਦ ਦਿਵਾਉਂਦਾ ਹੈ। ਪ੍ਰੋਫੈਸਰ ਕ੍ਰਿਸ ਫ੍ਰੈਂਚ ਕਹਿੰਦੇ ਨੇ ਕਿ ਗ੍ਰਹਿਣ ਨੂੰ ਲੋਕ ਤਬਾਹੀ ਦੇ ਨਾਲ ਕਿਉਂ ਜੋੜਦੇ ਸਨ, ਇਹ ਸਮਝਣਾ ਤਾਂ ਬਹੁਤ ਔਖਾ ਹੈ। ਉਧਰ ਬਾਈਬਲ 'ਚ ਦੱਸਿਆ ਗਿਆ ਹੈ ਕਿ ਕਿਆਮਤ ਵਾਲੇ ਦਿਨ ਸੂਰਜ ਬਿਲਕੁਲ ਕਾਲਾ ਹੋ ਜਾਵੇਗਾ ਅਤੇ ਚੰਨ ਲਾਲ ਰੰਗ ਦਾ ਹੋ ਜਾਏਗਾ। ਇਹੋ ਕ੍ਰਮਵਾਰ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਵਿੱਚ ਹੁੰਦਾ ਹੈ। ਫਿਰ ਲੋਕਾਂ ਦੀ ਜ਼ਿੰਦਗੀ ਵੀ ਛੋਟੀ ਸੀ ਅਤੇ ਅਜਿਹੀਆਂ ਖਗੋਲਿਕ ਘਟਨਾਵਾਂ ਉਹਨਾਂ ਦੇ ਜੀਵਨ ਵਿੱਚ ਸਿਰਫ ਇੱਕ ਵਾਰ ਹੀ ਹੋ ਸਕਦੀਆਂ ਸੀ। ਇਸ ਲਈ ਇਹ ਹੋਰ ਵੀ ਡਰਾਉਣੀ ਸੀ।